ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਿੱਟਾ ਕੁੱਕੜ ਉੱਡਿਆ ਹੋਵੇ, ਜਿਵੇਂ ਕਰੀਰ ਦੀਆਂ ਚਿੰਗਾਂ 'ਤੇ ਸੇਵੀਆਂ ਸੁੱਕਣੀਆਂ ਪਾਈਆਂ ਹੋਣ, ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਪੱਤਕਾਂ ਤਰਦੀਆਂ ਹੋਣ, ਜਿਵੇਂ ਛੱਟੀਆਂ ਦੀ ਅੱਗ 'ਤੇ ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ, ਜਾਂ ਕਿਸੇ ਬੁੱਢੀ ਮਸੀਤ 'ਚ ਤੋਤੇ ਅਤੇ ਕਬੂਤਰ ਖੇਡ ਰਹੇ ਹੋਣ, ਜਿਵੇਂ ਸਿਆੜਾਂ 'ਚ ਪੰਛੀ ਉਤਰੇ ਹੋਣ, ਜਿਵੇਂ ਪੱਕ ਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ, ਜਾਂ ਜਿਵੇਂ ਕਿਸੇ ਰਕਾਂ ਜਿਹੀ ਚੱਟੀ ਨੇ ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ, ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ ਪੱਤੀਆਂ ਆਪਸ ਵਿੱਚ ਹਲਕਾ ਹਲਕਾ ਵੱਜ ਰਹੀਆਂ ਹੋਣ। ਤੇਰਾ ਸਾਥ ਬਿਆਨਣ ਲਈ ਜਿਵੇਂ ਹਾਲੇ ਵੀ ਮਾੜੀ ਜਿਹੀ ਕੱਚ ਬਾਕੀ ਹੈ, ਇਹ ਸ਼ਾਹੀ ਸ਼ਬਦ ਨਿਰਾਲੇ ਅੱਖਰ ਸੰਦਲੀ ਸਤਰ ਕਥਾਵਾਂ ਕਿੱਸੇ ਅੱਜ ਫੇਰ ਮਾਰ ਖਾ ਗਏ। ਭਲਾ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ ਕੋਈ ਭਾਸ਼ਾ 'ਚ ਕਿਵੇਂ ਬੰਨੇ।